ਅਸੀਂ 6 ਤਰੀਕ ਨੂੰ 3 ਘੰਟੇ 12 ਤੋਂ 3 ਵਜੇ ਤੱਕ ਪੰਜਾਬ ਹਰਿਆਣਾ ਯੂਪੀ ਸਾਰੇ ਦੇਸ਼ ਦੀਆਂ ਸਟੇਟ ਹਾਈਵੇ ਨੈਸ਼ਨਲ ਹਾਈਵੇ ਨੂੰ ਪੂਰਨ ਤੌਰ ਤੇ ਬੰਦ ਕਰਾਂਗੇ ਤੇ ਆਪਦਾ ਰੋਸ ਪ੍ਰਗਟ ਕਰਾਂਗੇ ਐਜੀਟੇਸ਼ਨ ਕਰਕੇ ਅਸੀਂ ਸਰਕਾਰ ਨੂੰ ਵੀ ਮਿਲ ਰਹੇ ਹਾਂ ਉਹਨਾਂ ਚਿਰ ਅਸੀਂ ਮਿਲਾਂਗੇ ਨਹੀਂ ਜਿਹੜੀ ਜਾਵਾਂਗੇ ਨਹੀਂ ਉਹਨਾਂ ਨਾਲ ਮੁਲਾਕਾਤ ਕਰਨ ਜਿੰਨਾ ਚਿਰ ਚੀਜ਼ਾਂ ਠੀਕ ਨਹੀਂ ਕਰ ਲੈਂਦੇ ਮਾਹੌਲ ਸਹੀ ਨਹੀਂ ਕਰ ਲੈਂਦੇ ਅਸੀਂ ਕਹਿੰਦੇ ਵੀ ਸ਼ਾਂਤਮਈ ਢੰਗ ਨਾਲ ਅੰਦੋਲਨ ਜਿੱਤਣਾ ਕਿਉਂਕਿ ਆਪਾਂ ਦੇਖ ਹੀ ਲਿਆ ਵੀ ਸ਼ਾਂਤਮਈ ਢੰਗ ਤੋਂ ਬਿਨਾਂ ਕੋਈ ਗੱਲ ਨਹੀਂ ਮੰਡੀ ਸ਼ਾਂਤਮਈ ਢੰਗ ਨਾਲ ਅਸੀਂ ਅੰਦੋਲਨ ਜਿੱਤਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਕਿੰਗਸ ਮੀਡੀਆ ਮੈਂ ਸੰਧਿਆ ਰਣਵੀਰ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਹੋਈ ਹੈ ਸਾਡੇ ਨਾਲ ਮੌਜੂਦ ਨੇ ਹਰਿੰਦਰ ਸਿੰਘ ਲਖੋਵਾਲ ਸਾਹਿਬ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ 6 ਤਰੀਕ ਨੂੰ ਜਿਹੜੇ ਪੂਰੇ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਣਾ ਤਾਂ ਕਿਸ ਤਰ੍ਹਾਂ ਕਰਾਉਂਗੇ ਅਸੀਂ ਜਿਹੜੇ ਸਾਡੇ ਨੌਜਵਾਨ ਫੜੇ ਹੋਏ ਆ ਸਾਡੇ ਬੱਚੇ ਇਹਨਾਂ ਨੇ ਫੜੇ ਹੋਏ ਆ ਤਸ਼ੱਦਦ ਹਟਾਇਆ ਹੋਇਆ ਪੱਤਰਕਾਰਾਂ ਦੇ ਤਸ਼ੱਦਦ ਕੀਤਾ ਉਹ ਫੜੇ ਹੋਏ ਨੇ ਅਸੀਂ ਉਹਦੇ ਖਿਲਾਫ ਆਪਦਾ ਰੋਸ ਜ਼ਾਹਰ ਕਰਨ ਲਈ ਅਸੀਂ 6 ਤਰੀਕ ਨੂੰ 3 ਘੰਟੇ 12 ਤੋਂ 3 ਵਜੇ ਤੱਕ ਪੰਜਾਬ ਹਰਿਆਣਾ ਯੂਪੀ ਸਾਰੇ ਦੇਸ਼ ਦੀਆਂ ਸਟੇਟ ਹਾਈਵੇ ਨੈਸ਼ਨਲ ਹਾਈਵੇ ਨੂੰ ਪੂਰਨ ਤੌਰ ਤੇ ਬੰਦ ਕਰਾਂਗੇ ਤੇ ਆਪਦਾ ਰੋਸ ਪ੍ਰਗਟ ਕਰਾਂਗੇ ਵੀ ਸਾਨੂੰ ਇਨਸਾਫ ਦਿਓ ਸਾਡੇ ਬੱਚਿਆਂ ਨੂੰ ਛੱਡੋ ਤੇ ਜਿਹੜੇ ਝੂਠੇ ਕੇਸ ਬਣਾਇਆ ਇਹ ਵਾਪਸ ਲਓ ਲਖੋਵਾਲ ਸਾਹਿਬ 26 ਜਨਵਰੀ ਦੀ ਗੱਲ ਕਰੀਏ ਜੇ ਉਸ ਤੋਂ ਬਾਅਦ ਵੀ ਨੌਜਵਾਨਾਂ ਨੂੰ ਚੱਕਿਆ ਗਿਆ ਜਾਂ ਲਾਪਤਾ ਨਹੀਂ ਤਾਂ ਉਹਨਾਂ ਦਾ ਕੋਈ ਫਿਗਰ ਹੈ ਜਿਹੜੀ ਕੋਈ ਗਿਣਤੀ ਹੈ ਉਹ ਸ਼ੋਰ ਹੋਈ ਹੈ ਵੀ ਕਿੰਨੀ ਹੈ ਨਹੀਂ ਜੋ ਸਾਡੇ ਮੁਤਾਬਕ ਆ ਵੀ 122 ਜਿਹੜੇ ਸਾਨੂੰ ਦੱਸਿਆ ਗਿਆ ਜੋ ਸਾਨੂੰ ਫੋਨ ਆਏ ਨੇ ਅਸੀਂ ਇੱਕ ਟੈਲੀਫੋਨ ਨੰਬਰ ਵੀ ਦਿੱਤਾ ਸੀ ਅੱਜ ਅਸੀਂ 3-4 ਜਿਹੜੇ ਟੈਲੀਫੋਨ ਨੰਬਰ ਦੇ ਦਾਂਗੇ ਅਸੀਂ ਕਮੇਟੀ ਵੀ ਬਣਾਤੀ ਹੈ 3 ਵਕੀਲ 2 ਪੰਜਾਬ ਦੇ ਮੈਂਬਰ 2 ਹਰਿਆਣੇ ਦੇ ਮੈਂਬਰ 1 ਯੂਪੀ ਦਾ ਮੈਂਬਰ ਉਹ ਸਾਰਿਆਂ ਦੇ ਅਸੀਂ ਨੰਬਰ ਅੱਜ ਦੇ ਦਾਂਗੇ ਕੱਲ੍ਹ ਤੱਕ ਅਸੀਂ ਉਮੀਦ ਆ ਵੀ ਪ੍ਰੈਸ ਕਾਨਫਰੰਸ ਕਰਕੇ ਸ਼ਾਮ ਨੂੰ ਉਹ ਸਾਡੀ ਜਿਹੜੀ ਕਮੇਟੀ ਆ ਲੀਗਲਾਈਜ਼ ਕਮੇਟੀ ਆ ਤੁਹਾਨੂੰ ਪੂਰੀ ਰਿਪੋਰਟ ਦੇ ਦੂ ਕੱਲ੍ਹ ਨੂੰ ਪੁਲਿਸ ਦੇ ਆਲਾ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਨਗੇ ਵੀ ਕਿੰਨੇ ਬੱਚੇ ਆ ਸਾਡੇ ਕਿੰਨੇ ਮੁੰਡੇ ਆ ਸਾਡੇ ਉਹਨਾਂ ਨੇ ਫੜੇ ਹੋਏ ਅਤੇ ਜੇਲ੍ਹ ਤਾਂ ਸਾਨੂੰ ਪਤਾ ਹੀ ਆ ਵੀ 42-43 ਬੰਦੇ ਹੈਗੇ ਨੇ ਉਹ ਅਸੀਂ ਕੱਲ੍ਹ ਤੁਹਾਨੂੰ ਪੂਰੀ ਰਿਪੋਰਟ ਦੇ ਦਾਂਗੇ ਇੰਟਰਨੈਟ ਵੀ ਬੰਦ ਹੈ ਟਵਿੱਟਰ ਦੇ ਉੱਤੇ ਵੀ ਕਾਰਵਾਈ ਹੋ ਰਹੀ ਹੈ ਜਿਹੜਾ ਕਿਸਾਨ ਏਕਤਾ ਮੋਰਚੇ ਦਾ ਟਵਿੱਟਰ ਅਕਾਊਂਟ ਹੈ ਉਹ ਵੀ ਬੰਦ ਕੀਤਾ ਗਿਆ ਤਾਂ ਜਿਹੜੀ ਆਵਾਜ਼ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਲਈ ਕੀ ਕਰ ਰਹੇ ਹੋ ਇਹਦੇ ਲਈ ਕੀ ਅਪੀਲ ਕਰੋ ਕੋਈ ਗੱਲ ਨਹੀਂ ਇਹਦੇ ਲਈ ਇਹੀ ਐਜੀਟੇਸ਼ਨ ਕਰ ਰਹੇ ਹਾਂ ਅਸੀਂ ਐਜੀਟੇਸ਼ਨ ਕਰਕੇ ਅਸੀਂ ਸਰਕਾਰ ਨੂੰ ਵੀ ਮਿਲ ਰਹੇ ਹਾਂ ਉਹਨਾਂ ਚਿਰ ਅਸੀਂ ਮਿਲਾਂਗੇ ਨਹੀਂ ਜਿਹੜੀ ਜਾਵਾਂਗੇ ਨਹੀਂ ਉਹਨਾਂ ਨਾਲ ਮੁਲਾਕਾਤ ਕਰਨ ਜਿੰਨਾ ਚਿਰ ਚੀਜ਼ਾਂ ਠੀਕ ਨਹੀਂ ਕਰ ਲੈਂਦੇ ਮਾਹੌਲ ਸਹੀ ਨਹੀਂ ਕਰ ਲੈਂਦੇ ਤਾਂ ਹੁਣ ਲੋਕਾਂ ਨੂੰ ਕੀ ਅਪੀਲ ਕਰੋਗੇ ਪਹਿਲਾਂ ਵੀ 26 ਜਨਵਰੀ ਦਾ ਜ਼ਿਕਰ ਗੱਲ ਕਰੀਏ ਤਾਂ ਜਿਹੜੇ ਲੋਕ ਸੀ ਜਾਂ ਕਿਸਾਨ ਸੀ ਆਊਟ ਆਫ ਕੰਟਰੋਲ ਹੋ ਗਏ ਸੀ ਤਾਂ ਅੱਗੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਡਿਸਿਪਲਿਨ ਦੇ ਵਿੱਚ ਰਹਿਣ ਲਈ ਅਪੀਲ ਕਰੋਗੇ ਅਸੀਂ ਕਹਿੰਦੇ ਵੀ ਸ਼ਾਂਤਮਈ ਢੰਗ ਨਾਲ ਅੰਦੋਲਨ ਜਿੱਤਣਾ ਕਿਉਂਕਿ ਆਪਾਂ ਦੇਖ ਹੀ ਲਿਆ ਵੀ ਸ਼ਾਂਤਮਈ ਢੰਗ ਤੋਂ ਬਿਨਾਂ ਕੋਈ ਗੱਲ ਨਹੀਂ ਮੰਡੀ ਸ਼ਾਂਤਮਈ ਢੰਗ ਨਾਲ ਅਸੀਂ ਅੰਦੋਲਨ ਜਿੱਤਾਂਗੇ ਹਾਂਜੀ ਡੇਲੀ ਤਾਂ ਇਹ ਸਨ ਸਾਡੇ ਨਾਲ ਹਰਿੰਦਰ ਸਿੰਘ ਲਖੋਵਾਲ ਜਿਨ੍ਹਾਂ ਨੇ ਕਿਹਾ ਕਿ 6 ਤਰੀਕ ਨੂੰ ਆ ਜਿਹੜਾ ਪੂਰੇ ਦੇਸ਼ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਅਤੇ ਕਿਸਾਨ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਹੋਰ ਅਪਡੇਟ ਲਈ ਦੇਖਦੇ ਰਹੋ ਕਿੰਗਸ ਮੀਡੀਆ ਪੰਜਾਬੀ